ਮਸਾਲੇ ਵਗੈਰਾ ਨਮਕ ਮਿਰਚ ਐਡ ਕਰਦੇ ਹਾਂ। ਹੁਣ ਮਿਰਚਾਂ ਵਿੱਚ ਐਡ ਕਰਦੇ ਹਾਂ। ਹੁਣ ਹਲਦੀ ਵਿੱਚ ਐਡ ਕਰਦੇ ਹਾਂ। ਗਾਇਸ ਗਰਮੀ ਬਹੁਤ ਜ਼ਿਆਦਾ ਵਾ। ਹੁਣ ਆਪਾਂ ਇਹਨਾਂ ਨੂੰ ਵਿੱਚ ਐਡ ਕਰਦੇ ਹਾਂ। ਪਿਛਲੀ ਦਫਾ ਵੀਡੀਓ ਬਣਾਈ ਸੀ ਆਪਾਂ ਸਾਗ ਸਰਦੀਆਂ 'ਚ ਬਣਾਈ ਸੀ ਨਾ, ਦੇਖੋ ਸਾਗ ਪੂਰਾ ਹੋ ਗਿਆ ਤੇ ਅੱਜ ਬਣਾਉਣ ਲੱਗੇ ਇੰਨੇ ਮਜ਼ੇ ਦੇ ਲੱਗਦੇ ਆ ਤੁਹਾਨੂੰ ਕੀ ਦੱਸੀ। ਮੰਮਾ ਕਹਿੰਦੀ ਅੱਜ ਆਪ ਹੀ ਬਣਾਉਣੇ, ਮੈਂ ਕਿਹਾ ਜਿੱਦਾਂ ਤੁਹਾਡੀ ਮਰਜ਼ੀ, ਤੁਹਾਡਾ ਹੁਕਮ ਬਹੁਤ ਆ ਸਾਡਾ, ਤੇ ਇਸ ਲਈ ਮੈਂ ਸਾਰਾ ਕੁਛ ਤਿਆਰ ਕਰਕੇ ਦੇਖਿਆ। ਮੈਂ ਕਿਹਾ ਚੱਲ ਨਾਲ ਵੀਡੀਓ ਬਣਾ ਲਈ। ਹਾਂਜੀ ਗਾਇਸ ਸਾਰਾ ਆਪਣਾ ਵਾਰੀਆ ਤਿਆਰ, ਤੇ ਮੈਂ ਕਿਹਾ ਚੱਲ ਸ਼ਾਜਾ ਤੂੰ ਜਲਦੀ ਜਲਦੀ ਨਾ ਆਟੇ ਦੀ ਵਲੋਈ ਕਰਕੇ ਆਟਾ ਖੋਲਣਾ, ਕਿਉਂਕਿ ਲੇਟ ਪਹਿਲੇ ਬਹੁਤ ਜ਼ਿਆਦਾ ਹੋ ਗਈ, ਅਸੀਂ ਜਲਦੀ ਜਲਦੀ ਕੰਮ ਮੁਕਾਉਣ ਦੀ ਗੱਲ ਕਰਦੇ। ਹਾਂਜੀ ਗਾਇਸ ਹੁਣ ਨਾ ਆਪਾਂ ਵਿੱਚ ਪੰਜੇ ਐਡ ਕਰਦੇ ਹਾਂ। ਹੁਣ ਇਹਨੂੰ ਹਿਲਾਉਂਦੇ ਹਾਂ ਅਤੇ ਇਹਨੂੰ ਹੁਣ 10-15 ਮਿੰਟ ਭੁੰਨ ਵੀ ਖਾਂਦੇ ਹਾਂ, ਕਿਉਂਕਿ ਫਿਰ ਦਮ ਨਾ ਸ਼ਕਨ ਵਗੈਰਾ ਦੇ ਦਾਂਗੇ ਦਮ ਵਗੈਰਾ। ਹਾਂਜੀ ਗਾਇਸ ਉੱਧਰ ਆਪਣਾ ਸਾਲਨ ਤਿਆਰ ਹੋ ਰਿਹਾ, ਇੱਧਰ ਮੈਂ ਕਿਹਾ ਜਲਦੀ ਜਲਦੀ ਆਟਾ ਗੁੰਨ ਲਈਏ ਅਤੇ ਫਿਰ ਆਪਾਂ ਮਿਲਦੇ। ਹਾਂਜੀ ਗਾਇਸ ਆਟਾ ਗੁੰਨ ਲਿਆ, ਉੱਥੇ ਖਾਣਾ ਆਪਣਾ ਹੋ ਗਿਆ ਤਿਆਰ, ਅਤੇ ਹੁਣ ਆਪਾਂ ਸਾਰੇ ਪੰਜ ਬੱਚਿਆਂ ਦੇ ਐਡ ਕਰ ਰਹੇ ਹਾਂ। ਮੈਨੂੰ 10-15 ਮਿੰਟ ਦਮ ਲੱਗ ਗਿਆ। ਹਾਂਜੀ ਗਾਇਸ ਪ੍ਰੈਸ਼ਰ ਕੁੱਕਰ ਨੂੰ 15 ਮਿੰਟ ਆਪਾਂ ਵੇਟ ਲਗਾਤਾ ਵਾ, ਅਤੇ ਗਾਇਸ ਗਰਮੀ ਬਹੁਤ ਸੀ, ਮੈਂ ਜਲਦੀ ਜਲਦੀ ਉੱਠ ਕੇ ਠੰਡੇ ਪਾਣੀ ਦੇ ਮੂੰਹ ਧੋਤਾ, ਛਿੱਟੇ ਮਾਰੇ ਮੂੰਹ, ਅਤੇ ਹੁਣ ਕੋਈ ਸਕੂਨ ਆਇਆ ਵਾ, ਅਤੇ ਹੁਣ ਕਰਦੇ ਹਾਂ ਵੀਡੀਓ ਦਾ ਐਂਡ। ਅਗਰ ਮੇਰੇ ਪਿਆਰੇ ਭੈਣ ਭਾਈਆਂ ਨੂੰ ਮੇਰੀ ਵੀਡੀਓ ਅੱਛੀ ਲੱਗੇ, ਲਾਈਕ ਕਰ, ਸਬਸਕ੍ਰਾਈਬ ਕਰੋ, ਤਾਂ ਕਿ ਹਰ ਵੀਡੀਓ ਬਹੁਤ ਆਸਾਨ ਨਾਲ ਮੇਰੇ ਭੈਣ ਭਾਈ ਤੋਂ ਪਹੁੰਚ ਸਕੇ। ਮੇਰਾ ਅਗਲੀ ਵੀਡੀਓ ਚਲਾ, ਪਲੀਜ਼।